ਹੋਰ ਫਰੈਂਡਸ, ਕੀ ਹਾਲ ਚਾਲ ਹੈ? ਅੱਜ ਤੁਹਾਡਾ ਸਵਾਗਤ ਆਪਣੇ ਨਵੇਂ ਹੋਰ ਵਲੋਗ ਦੇ ਵਿੱਚ। ਅੱਜ ਆਪਾਂ ਆਪਣੇ ਸੁਪਰ ਸਟੋਰ 'ਤੇ ਹਾਂ। ਅੱਜ ਸੁਪਰ ਸਟੋਰ ਬੰਦ ਹੈਗਾ, ਛੁੱਟੀ ਹੈ, ਸੂਰਤਗੜ੍ਹ ਬੰਦ ਚੱਲ ਰਿਹਾ ਅੱਜ, ਲੋਕ ਹੜਤਾਲ ਹੈ, ਤਾਂ ਕਰਕੇ ਹਾਂ ਸੁਪਰ ਸਟੋਰ ਦੇ ਵਿੱਚ ਬੰਦ ਹੈਗੀ ਜੀ। ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੀ ਇਟੀਓਸ ਲੀਵ ਹੈ, ਤੁਸੀਂ ਪਹਿਲਾਂ ਵਲੋਗ ਦੇਖ ਲਿਆ ਹੋਊਗਾ। ਪਹਿਲਾਂ ਗੱਡੀ ਸਰਵਿਸ ਵਗੈਰਾ ਨਹੀਂ ਹੋਈ ਵੀ ਸੀ, ਹੁਣ ਸਰਵਿਸ ਹੋ ਚੁੱਕੀ ਹੈ, ਕੱਲ੍ਹ ਹੀ ਕਰਵਾਈ ਹੈ, ਅਤੇ ਪਰਸੋਂ ਦੇ ਟਾਇਰ ਪਵਾਏ ਸੀਗੇ, ਜਮਾਂ ਨਵੇਂ ਚਾਰ ਟਾਇਰ ਜਮਾਂ ਨਵੇਂ ਹੈ MRF ਦੇ। ਸਰਵਿਸ ਹੋ ਗਈ, ਬੀਮਾ ਹੋ ਗਿਆ, ਕੱਲ੍ਹ ਬੀਮਾ ਕਰਵਾਇਆ, ਪਰਸੋਂ ਬੀਮਾ ਕਰਵਾਇਆ ਸੀਗਾ। ਦਿਖਾ ਦਿੰਦੇ ਹਾਂ ਗੱਡੀ ਹੁਣ ਕਿਹੋ ਜਿਹੀ ਲੱਗ ਰਹੀ ਹੈ। ਆ ਦੇਖ ਸਕਦੇ ਹੋ ਤੁਸੀਂ, ਟਾਇਰ ਬਿਲਕੁਲ ਨਵੇਂ ਹੈਗੇ ਆ MRF ਦੇ, ਕੱਲ੍ਹ ਇਹਦੀ ਸਰਵਿਸ ਕਰਵਾਈ ਹੈ। ਟੀਓ ਸਲੀਵ ਆ, ਵੀ ਮਾਡਲ ਹੈ, ਪੈਟਰੋਲ 'ਚ, ਮਾਨਗੜ੍ਹ ਦਾ ਨੰਬਰ ਹੈ, ਤੁਸੀਂ ਔਨ ਰਿਕਾਰਡ ਹੈ, ਗੱਡੀ ਚੈੱਕ ਕਰ ਸਕਦੇ ਹੋ, RZ31CV5309। ਟੀਓ ਸਲੀਵ ਆ, ਪੈਟਰੋਲ, ਟਾਇਰ ਨਵਾਂ ਹੈ ਜੀ, ਚਾਰ ਟਾਇਰ ਨਵੇਂ ਹੈ। ਗੱਡੀ ਸਾਫ਼ ਹੈ, ਗੱਡੀ ਦਾ ਫਰੰਟ ਬੰਪਰ ਥੋੜ੍ਹਾ ਜਿਹਾ ਕ੍ਰੈਕ ਹੋ ਗਿਆ ਸੀਗਾ, ਇੰਨਾ ਕੁ ਕਿੱਥੋਂ, ਤਾਂ ਕਰਕੇ ਚੇਂਜ ਕਰਵਾਤਾ ਸੀ, ਬੀਮਾ ਕਲੇਮ ਲੈਂਦੇ ਸੀ ਤਾਂ ਕਰਕੇ ਉਹ ਵੀ ਚੇਂਜ ਕਰਵਾਤਾ ਸੀ, ਬੰਪਰ ਥੋੜ੍ਹਾ ਜਿਹਾ ਕ੍ਰੈਕ ਸੀਗਾ। ਇਹਦਾ ਸਲੈਂਸਰ ਚੇਂਜ ਹੋਇਆ ਹੋਇਆ, ਸਲੈਂਸਰ ਦਾ ਥੱਲੇ ਲੱਗ ਕੇ ਵੈਲਡਿੰਗ ਖੁੱਲ੍ਹ ਗਿਆ ਸੀਗਾ, ਬੀਮਾ ਸਲੈਂਸਰ ਅਤੇ ਬੰਪਰ ਦੋਨੇ ਇਕੱਠੇ ਚੇਂਜ ਹੋਏ ਸੀਗੇ, ਓਰਿਜਨਲ ਹੈ, ਹੋਰ ਕੋਈ ਦਿੱਕਤ ਨਹੀਂ ਗੀ, ਹੋਰ ਕਿਤੋਂ ਵੀ ਗੱਡੀ ਕੋਈ ਪੈਂਟ ਨਹੀਂ, ਕੋਈ ਐਕਸੀਡੈਂਟ ਨਹੀਂ ਗੀ, ਕੋਈ ਕੁਛ ਵੀ ਨਹੀਂ, ਗੱਡੀ ਸਾਫ਼ ਹੈ। ਇਹ ਆਪਣੀ ਗੱਡੀ ਹੈ RZ31CV5309। ਹੁਣ ਗੱਡੀ ਬਿਲਕੁਲ ਸਾਫ਼ ਹੈ ਜੀ, ਚਾਰੇ ਟਾਇਰ ਨਵੇਂ ਹੈ, ਅੰਦਰੋਂ ਦੇਖ ਸਕਦੇ ਹੋ। ਆਪਾਂ ਇਹਦੀ ਚਾਬੀ ਲੈ ਆਈਏ, ਚਾਬੀ ਚਾਬੀ ਆ ਬਾਈ, ਚਾਬੀ ਚੱਕ ਲਓ, ਚਾਬੀ ਬਾਈ। ਆਪਣਾ ਮੋਲਟ ਖੜਾ ਹੈ, ਇਹ ਆਪਣੀ TVS ਅਤੇ ਆਹ ਸਾਈਕਲ ਖੜੀ ਹੈ ਜੀ ਮੋਲ ਦੇ ਵਿੱਚ ਹੀ, ਮੋਲ ਤੋਂ ਬਾਅਦ ਖੜੀ ਹੈ ਗੱਡੀ। ਨੂੰ ਅੱਗੇ ਚੈੱਕ ਕਰਵਾ ਦਿੰਦੇ ਹਾਂ, ਲੱਗਦੀ ਬਹੁਤ ਭੈਣ ਚੱਕਰ ਕੀ ਹੈ। ਆ ਮੇਰੇ ਵੱਜੀ ਹੋਈ ਹੈ ਇੱਥੇ ਕਰਕੇ ਥੋੜ੍ਹਾ ਜਿਹਾ, ਟੋਇਟਾ ਕੱਲ੍ਹ ਹੀ ਸਰਵਿਸ ਹੋ ਕੇ ਆਈ ਹੈ ਗੱਡੀ ਦੀ, ਹਾਂ ਦੇਖ ਸਕਦੇ ਤੁਸੀਂ ਇੱਥੋਂ, ਇਧਰ ਤਾਂ ਕਰਕੇ ਇਕੱਠੇ ਕਿਉਂ ਆਈ ਸੀ ਗੱਡੀ, ਸਾਫ਼ ਹੈ ਬਿਲਕੁਲ। ਇਹਦਾ ਮੀਟਰ ਚੈੱਕ ਕਰਵਾ ਦਿੰਦੇ ਤੁਹਾਨੂੰ, ਇਹ ਤਾਂ ਟੈਂਕੀ ਆ ਰਹੀ ਹੈ, ਇਹ ਲਗਭਗ 43,000 ਕਿਲੋਮੀਟਰ ਦੇ ਨੇੜੇ ਚੱਲਦੀ ਹੋਈ ਹੈ ਗੱਡੀ, ਹੁਣ ਦਿਖਾ ਦਾਂਗੇ, ਤੁਸੀਂ ਦੇਖੋਗੇ, ਚੈੱਕ ਕਰੋਗੇ ਤਾਂ ਕੋਈ ਦਿੱਕਤ ਨਹੀਂ, ਔਨ ਰਿਕਾਰਡ ਹੈ, ਤੁਸੀਂ ਨੰਬਰ ਤੁਹਾਨੂੰ ਦਿਖਾਤਾ ਗੱਡੀ ਦਾ, ਤੁਸੀਂ ਚੈੱਕ ਕਰਵਾ ਸਕਦੇ ਹੋ ਕਿਤੋਂ ਵੀ, ਗੱਡੀ ਦਾ ਨੰਬਰ ਦੇ ਕੇ ਕੰਪਨੀ 'ਚ ਪੁੱਛ ਸਕਦੇ ਹੋ। ਕੱਲ੍ਹ ਦੀ ਸਰਵਿਸ ਹੋ ਕੇ ਆਈ ਹੈ, ਪਰਸੋਂ ਇਹਦਾ ਸੋਮਵਾਰ ਨੂੰ ਇਹਦੇ ਟਾਇਰ ਪਵਾਤੇ ਸੀਗੇ, ਚਾਰ MRF ਦੇ,
ਇੱਕ ਟਾਇਰ ਕਿਹੜਾ ਸਟਿਪਣੀ ਪਹਿਲਾਂ ਪਈ ਸੀਗੀ, ਉਹ ਥੋੜ੍ਹੀ ਜਿਹੀ ਚੱਲੀ ਹੋਈ ਹੈ ਸਟਿਪਣੀ, ਬਾਕੀ ਉਹ ਨਵਾਂ ਹੀ ਹੈ। ਜਿੱਦਣ ਟਾਇਰ ਪਵਾਏ ਸੀ ਸੋਮਵਾਰ ਨੂੰ, ਉਸ ਦਿਨ ਹੀ ਇਹਦਾ ਬੀਮਾ ਹੋ ਗਿਆ ਸੀਗਾ, ਅੱਜ ਕੱਲ੍ਹ ਇਹਦੀ ਸਰਵਿਸ ਹੋ ਗਈ ਆਈ ਹੈ ਗੱਡੀ ਦੀ। ਘੱਟ ਤੋਂ ਘੱਟ ਉੱਤੇ 40-42 ਹਜ਼ਾਰ ਰੁਪਇਆ ਇਹਦੇ ਉੱਤੇ ਲੱਗ ਚੁੱਕਿਆ ਹੈ ਜੀ। ਸਰਵਿਸ ਦਾ ਇਹਦੇ ਉੱਤੇ ਰੁਪਇਆ ਲੱਗਿਆ ਸੀ 10 ਹਜ਼ਾਰ। ਇਟੀਓਸ ਲੀਵਾ ਫੋਰ ਸੇਲ ਫਸਟ ਓਨਰ ਹੁਣ ਮਾਨਗੜ ਨੰਬਰ ਹੈ। ਜੇ ਕਿਸੇ ਬੰਦੇ ਨੇ ਲੈਣੀ ਹੈ ਤਾਂ ਹੀ ਬੰਦਾ ਫੋਨ ਕਰੇ, ਨਹੀਂ ਤਾਂ ਫੋਨ ਨਾ ਕਰਿਓ ਜੀ ਟਾਈਮ ਪਾਸ ਵਾਸਤੇ। ਨੰਬਰ ਹੈਗਾ 91-16-36-000-2, ਨੰਬਰ ਦੂਸਰਾ ਹੈਗਾ 97-727-96-777। ਬਾਕੀ ਮੈਂ ਤੁਹਾਨੂੰ ਦੂੰਗਾ ਨੰਬਰ। ਫਸਟ ਅੰਦਰ ਗੱਡੀ ਹੈ ਜੀ, ਪੈਟਰੋਲ ਹੈ, ਪਿਟੀਓ ਸਲੀਵ ਹੈ, ਪੈਟਰੋਲ ਟੋਪ ਸੈਕਿੰਡ ਮਾਡਲ ਹੈਗਾ 20। ਦੇਖ ਸਕਦੇ ਹੋ ਹੋਰ ਕੋਈ ਦਿੱਕਤ ਨਹੀਂ ਗੱਡੀ ਦੇ।